ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਿਲਸ ਮੈਂਟਰ ਦੇ ਈ-ਲਰਨਿੰਗ YouTube ਚੈਨਲ ਤੇ ਮੈਂ ਜੋਤੀ ਮਲਹੋਤਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਨੈਕਸਟ ਜਿਹੜੇ 15 ਕੁਐਸਚਨਸ ਨੇ ਉਹ ਕਰਾਂਗੇ ਤਾਂ ਚਲੋ ਫਿਰ ਸਟਾਰਟ ਕਰਦੇ ਹਾਂ ਅਸ ਦੇ 15 ਕੁਐਸਚਨਸ ਫਸਟ ਕੁਐਸਚਨ ਹੈਗਾ ਹੇਠ ਲਿਖੀਆਂ ਬਿਮਾਰੀਆਂ ਵਿੱਚੋਂ ਕਿਹੜੀ ਬਿਮਾਰੀ ਵਾਇਰਸ ਕਾਰਨ ਹੁੰਦੀ ਹੈ ਹੇਠ ਲਿਖੀਆਂ ਬਿਮਾਰੀਆਂ ਦੇ ਵਿੱਚੋਂ ਕਿਹੜੀ ਜਿਹੜੀ ਬਿਮਾਰੀ ਆ ਵਾਇਰਸ ਕਾਰਨ ਹੁੰਦੀ ਹੈ ਦੇਖੋ ਫਸਟ ਹੈਗਾ ਆਪਣੇ ਕੋਲ ਟਾਈਫਾਇਡ ਤੇ ਟਾਈਫਾਇਡ ਵਾਇਰਸ ਕਰਣ ਨਹੀਂ ਹੁੰਦਾ ਬੈਕਟੀਰੀਆ ਕਾਰਨ ਹੁੰਦਾ ਇੱਥੇ ਟੀਬੀ ਹੈ ਠੀਕ ਹੈ ਇਹ ਦੋਨੋਂ ਤਾਂ ਨਹੀਂ ਹੈ ਟਿਊਬਰਕਲੋਸਿਸ ਵੀ ਬੈਕਟੀਰੀਆ ਕਰਕੇ ਹੁੰਦਾ ਹੈ ਮਲੇਰੀਆ ਮਲੇਰੀਆ ਜਿਹੜੀ ਹੁੰਦੀ ਹੈ ਇਹ ਪ੍ਰੋਟੋਜ਼ੋਆ ਨਾਲ ਹੁੰਦੀ ਆ ਪ੍ਰੋਟੋਜ਼ੋਆ ਨਾਲ ਹੁੰਦੀ ਆ ਤੇ ਉਹ ਪ੍ਰੋਟੋਜ਼ੋਆ ਕੌਣ ਲੈ ਕੇ ਆਂਦਾ ਹੈ ਐਨੋਫੀਲਿਸ ਨਾਮ ਦੀ ਇੱਕ ਇੱਕ ਮੱਛਰ ਹੁੰਦਾ ਹੈ ਠੀਕ ਹੈ ਐਨੋਫੀਲਿਸ ਨਾਮ ਦਾ ਤੇ ਉਹ ਮੱਛਰ ਲੈ ਕੇ ਆਂਦਾ ਐਕਚੁਅਲ ਜੇ ਫੀਮੇਲ ਮੱਛਰ ਹੁੰਦਾ ਹੈ ਜਿਹੜਾ ਕਿ ਪ੍ਰੋਟੋਜ਼ੋਆ ਲੈ ਕੇ ਆਂਦਾ ਤੇ ਮਲੇਰੀਆ ਫੈਲਾਉਣ ਦਾ ਰੀਜ਼ਨ ਬਣਦਾ ਸੋ ਐਨੋਫੀਲਿਸ ਨਾਮ ਦਾ ਮੱਛਰ ਹੁੰਦਾ ਸੋ ਇਕੋ ਹੀ ਆਪਸ਼ਨ ਬਚ ਗਈ ਸਾਡੇ ਕੋਲ ਚੇਚਕ ਜਿਹਨੂੰ ਇੰਗਲਿਸ਼ ਚ ਸਮਾਲ ਪੌਕਸ ਕਿਹਾ ਜਾਂਦਾ ਸੋ ਜਿਹੜੀ ਸਮਾਲ ਪੌਕਸ ਹੈ ਇਹ ਇੱਕ ਵਾਇਰਸ ਨਾਲ ਹੁੰਦੀ ਹੈ ਵੈਰੀਓਲਾ ਨਾਮ ਦਾ ਵਾਇਰਸ ਹੁੰਦਾ ਹੈ ਵੈਰੀਓਲਾ ਵੈਰੀਓਲਾ ਨਾਮ ਦੇ ਵਾਇਰਸ ਨਾਲ ਜਿਹੜੀ ਚੇਚਕ ਦੀ ਬਿਮਾਰੀ ਆ ਉਹ ਹੁੰਦੀ ਹੈ ਸੋ ਚੇਚਕ ਦੀ ਬਿਮਾਰੀ ਕਿਹਦੇ ਨਾਲ ਹੁੰਦੀ ਹੈ ਵਾਇਰਸ ਨਾਲ ਹੁੰਦੀ ਹੈ ਐਥਲੀਟ ਦਾ ਪੈਰ ਇੱਕ ਖਤਰਨਾਕ ਬਿਮਾਰੀ ਹੈ ਜਿਸ ਦਾ ਕਾਰਨ ਹੈ ਜਿਹੜੀ ਐਥਲੀਟ ਦਾ ਪੈਰ ਹੈ ਇਹ ਨਾ ਇੱਕ ਬਿਮਾਰੀ ਹੈ ਮੋਸਟਲੀ ਇਹ ਪੈਰਾਂ ਦੇ ਵਿੱਚ ਹੁੰਦੀ ਆ ਪੈਰਾਂ ਦੇ ਵਿੱਚ ਖਾਰਿਸ਼ ਹੁੰਦੀ ਆ ਦਾਗ ਜੇ ਪੈ ਜਾਂਦੇ ਨੇ ਤੇ ਜਿਹੜੀ ਇਹ ਬਿਮਾਰੀ ਹੈ ਐਕਚੁਅਲੀ ਸਕਿਨ ਦੀ ਬਿਮਾਰੀ ਹੈ ਤੇ ਜਿਹੜੀ ਸਕਿਨ ਦੀ ਬਿਮਾਰੀ ਆ ਉਹ ਕਿਦੇ ਕਰਕੇ ਹੁੰਦੀ ਆ ਤਾਂ ਇਹਦਾ ਜਿਹੜਾ ਰੀਜ਼ਨ ਹੈਗਾ ਉਹ ਹੈਗਾ ਫੰਗਸ ਫੰਗਸ ਕਰਕੇ ਹੁੰਦੀ ਆ ਇਹ ਇਹਦਾ ਰੀਜ਼ਨ ਹੈਗਾ ਫੰਗਸ ਨੈਕਸਟ ਕੁਐਸਚਨ ਹੈਗਾ ਧਰਤੀ ਦੇ ਸਭ ਤੋਂ ਨੇੜੇ ਕਿਹੜੀ ਗੋਲੀ ਵਸਤੂ ਹੈ ਧਰਤੀ ਦੇ ਸਭ ਤੋਂ ਨੇੜੇ ਕਿਹੜੀ ਇੱਕ ਗੋਲੀ ਵਸਤੂ ਹੈ ਵੀਨਸ ਵੀਨਸ ਦਾ ਮਤਲਬ ਕੀ ਸ਼ੁਕਰ ਗ੍ਰਹਿ ਸੂਰਜ ਚੰ드ਰਮਾ ਜਾਂ ਸ਼ਨੀ ਤਾਂ ਧਰਤੀ ਦੇ ਸਭ ਤੋਂ ਨੇੜੇ ਕਿਹ ਕੌਣ ਹੈ ਸਭ ਤੋਂ ਨੇੜੇ ਹੈਗਾ ਚੰ드ਰਮਾ ਮੂਨ ਜਿਹੜਾ ਹੈ ਉਹ ਧਰਤੀ ਦੇ ਸਭ ਤੋਂ ਨੇੜੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਐਂਟੀਬਾਇਓਟਿਕ ਹੈ ਐਂਟੀਬਾਇਓਟਿਕ ਐਂਟੀਬਾਇਓਟਿਕ ਕੀ ਹੁੰਦੇ ਨੇ ਦੇਖੋ ਤੁਸੀਂ ਤੁਹਾਨੂੰ ਪੈਥੋਜਨਸ ਬਾਰੇ ਪਤਾ ਹੋਣਾ ਹੈ ਆਪਾਂ ਪੜਿਆ ਵੀ ਸੀਗਾ ਪੈਥੋਜਨਸ ਪੈਥੋਜਨਸ ਕੀ ਹੁੰਦੇ ਨੇ ਬਿਮਾਰੀਆਂ ਫੈਲਾਉਣ ਵਾਲੇ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀਵ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀਵਾਂ ਨੂੰ ਅਸੀਂ ਕੀ ਬੋਲਦੇ ਹਾਂ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀਵਾਂ ਨੂੰ ਅਸੀਂ ਪੈਥੋਜਨਸ ਬੋਲਦੇ ਹਾਂ ਸੋ ਪੈਥੋਜਨਸ ਦਾ ਮਤਲਬ ਹੁੰਦਾ ਹੈ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀ ਤਾਂ ਜਿਹੜੇ ਉਹ ਬਿਮਾਰੀਆਂ ਫੈਲਾਉਣ ਵਾਲੇ ਸੂਖਮ ਜੀਵ ਹੁੰਦੇ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਲਈ ਉਹਨਾਂ ਨੂੰ ਖਤਮ ਕਰਨ ਲਈ ਇਹ ਉਹ ਨਦੀ ਜਿਹੜੀ ਪ੍ਰੋਡਕਸ਼ਨ ਨੂੰ ਘੱਟ ਕਰਨ ਲਈ ਐਂਟੀਬਾਇਓਟਿਕਸ ਉੱਤੇ ਜਾਂਦੇ ਨੇ ਤਾਂ ਆਪਾਂ ਇਹ ਦੱਸਣਾ ਹੈ ਕਿ ਜਿਹੜੀਆਂ ਇਹ ਦਵਾਈਆਂ ਦਿੱਤੀਆਂ ਹੋਈਆਂ ਦੇ ਵਿੱਚ ਇਹਦੇ ਵਿੱਚੋਂ ਕਿਹੜੀ ਦਵਾਈ ਹੈ ਜਿਹੜੀ ਐਂਟੀਬਾਇਓਟਿਕ ਹੈ ਪੈਰਾਸੈਟਾਮੋਲ ਐਸਪ੍ਰਿਨ ਸਲਫਾਈਡਿਜ਼ਿਨ ਪੈਨਸਿਲਿਨ ਸੋ ਪੈਨਸਿਲਿਨ ਕੀ ਹੈ ਪੈਨਸਿਲਿਨ ਇੱਕ ਐਂਟੀਬਾਇਓਟਿਕ ਹੈ ਇਹ ਇੱਕ ਐਂਟੀਬਾਇਓਟਿਕ ਹੈ ਅਲੈਗਜ਼ੈਂਡਰ ਫਲੇਮਿੰਗ ਨੇ ਇਹਦੀ ਖੋਜ ਕੀਤੀ ਸੀਗੀ ਅਲੈਗਜ਼ੈਂਡਰ ਫਲੇਮਿੰਗ ਨੇ ਪੈਨਸਿਲਿਨ ਦੀ ਖੋਜ ਕਿਨੇ ਕੀਤੀ ਸੀਗੀ ਪੈਨਸਿਲਿਨ ਦੀ ਖੋਜ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਸੀਗੀ ਤੇ ਇਹ ਕੀ ਹੈ ਇਹ ਇੱਕ ਤਰ੍ਹਾਂ ਦੀ ਐਂਟੀਬਾਇਓਟਿਕ ਹੈ ਸੋ 1929 ਦੇ ਵਿੱਚ ਪੈਨਸਿਲਿਨ ਦੀ ਖੋਜ ਹੋਈ ਸੀਗੀ ਕਿਹਦੇ ਦੁਆਰਾ ਕੀਤੀ ਗਈ ਸੀਗੀ ਅਲੈਗਜ਼ੈਂਡਰ ਫਲੇਮਿੰਗ ਦੁਆਰਾ ਪਾਣੀ ਇੱਕ ਸਰੀਰਕ ਪ੍ਰਕਿਰਿਆ ਦੁਆਰਾ ਮਿੱਟੀ ਤੋਂ ਜੜਾਂ ਦੇ ਵਾਲਾਂ ਵਿੱਚ ਜਾਂਦਾ ਹੈ ਦੇਖੋ ਜਿਹੜੀਆਂ ਮਿੱਟੀ ਹੁੰਦੀ ਆ ਮਿੱਟੀ ਦੇ ਵਿੱਚ ਆਪਾਂ ਪਾਣੀ ਪਾਉਂਦੇ ਆ ਤੇ ਜੜਾਂ ਜਿਹੜੀਆਂ ਹੁੰਦੀਆਂ ਨੇ ਪਲਾਂਟ ਦੀਆਂ ਜਿਹੜੀਆਂ ਜੜਾ ਹੁੰਦੀਆਂ ਨੇ ਉਹ ਮਿੱਟੀ ਤੋਂ ਪਾਣੀ ਨੂੰ ਐਬਜ਼ਾਰਬ ਕਰਦੀਆਂ ਨੇ ਜਿਹੜੀ ਪਲਾਂਟ ਦੀਆਂ ਜੜਾ ਹੁੰਦੀਆਂ ਨੇ ਉਹ ਮਿੱਟੀ ਤੋਂ ਪਾਣੀ ਨੂੰ ਸੋਖਦੀਆਂ ਨੇ ਐਬਜ਼ਾਰਬ ਕਰਦੀਆਂ ਨੇ ਤਾਂ ਕਿਦਾਂ ਕਰਦੀਆਂ ਨੇ ਕਿਹੜੀ ਪ੍ਰੋਸੈਸ ਯੂਜ਼ ਕਰਦੀਆਂ ਨੇ ਉਹ ਹੁੰਦੀ ਆ ਓਸਮੋਸਿਸ ਉਸ ਪ੍ਰੋਸੈਸ ਨੂੰ ਓਸਮੋਸਿਸ ਬੋਲਿਆ ਜਾਂਦਾ ਹੈ ਇੰਗਲਿਸ਼ ਵਿੱਚ ਇਹਨੂੰ ਆਸਮੋਸਿਸ ਬੋਲਦੇ ਹਨ ਪੰਜਾਬੀ ਵਿੱਚ ਵੀ ਇਸਨੂੰ ਆਸਮੋਸਿਸ ਹੀ ਬੋਲਿਆ ਜਾਂਦਾ ਹੈ ਸੋ ਜਿਹੜੇ ਪੌਦੇ ਨੇ ਉਹ ਕਿਦਾਂ ਆਪਣਾ ਜਿਹੜਾ ਪਾਣੀ ਹੈ ਲੈਂਦੇ ਨੇ ਆਸਮੋਸਿਸ ਦੀ ਪ੍ਰਤੀਕਿਰਿਆ ਦੁਆਰਾ ਸੋ ਜੜਾਂ ਦਾ ਜਿਹੜਾ ਪਾਣੀ ਸੋਖਿਆ ਜਾਂਦਾ ਉਹ ਕਿਹੜੀ ਪ੍ਰਤੀਕਿਰਿਆ ਦੁਆਰਾ ਸੋਖਿਆ ਜਾਂਦਾ ਹੈ ਆਸਮੋਸਿਸ ਦੁਆਰਾ ਨੈਕਸਟ ਕੁਐਸਚਨ ਮਾਇਓਪੀਆ ਅੱਖਾਂ ਦੇ ਡੇਲੇ ਦੇ ਵੱਡੇ ਹੋਣ ਕਾਰਨ ਇੱਕ ਨੁਕਸ ਹੈ ਇਸ ਲਈ ਆਦਮੀ ਨਹੀਂ ਦੇਖ ਸਕਦਾ ਦੇਖੋ ਜਿਹੜਾ ਮਾਇਓਪੀਆ ਹੁੰਦਾ ਹੈ ਮਾਇਓਪੀਆ ਅੱਖਾਂ ਦੀ ਬਿਮਾਰੀ ਹੈ ਤੇ ਇਹ ਅੱਖਾਂ ਦੇ ਅੰਦਰ ਦਾ ਡੇਲਾ ਹੁੰਦਾ ਆਈ ਬੋਲ ਜਿਹੜਾ ਹੁੰਦਾ ਹੈ ਆਈ ਬੋਲ ਜਦੋਂ ਵੱਡਾ ਹੋ ਜਾਂਦਾ ਹੈ ਉਹਦੇ ਕਰਕੇ ਇਹ ਬਿਮਾਰੀ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ ਪਰਸਨ ਆ ਉਹਨੂੰ ਕਿਹੜੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਤਾਂ ਉਸਨੂੰ ਦੂਰ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਮਾਇਓਪੀਆ ਦੇ ਵਿੱਚ ਪਰਸਨ ਨੂੰ ਦੂਰ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਬਟ ਨੇੜੇ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਸੋ ਇਸ ਦਾ ਆਨਸਰ ਹੈਗਾ অপਸ਼ਨ ਨੰਬਰ A ਜੇ ਪੁੱਛ ਲਨ ਤੁਹਾਨੂੰ ਹਾਈਪਰਮੈਟਰੋਪੀਆ ਹਾਈਪਰਮੈਟਰੋਪੀਆ ਦਾ ਹਾਈਪਰਮੈਟਰੋਪੀ ਦੇ ਅੰਦਰ ਤੁਹਾਨੂੰ ਨੇੜੇ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਬਟ ਦੂਰ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ ਨੈਕਸਟ ਹੈ ਇਨਸੂਲਿਨ ਕਿਸਤੀ ਪਾਚਕ ਕਿਰਿਆ ਵਿੱਚ ਨਿਯੰਤਰਿਤ ਕਰਦਾ ਹੈ ਦੇਖੋ ਜਿਹੜਾ ਪਹਿਲੀ ਗੱਲ ਤਾਂ ਇਨਸੂਲਿਨ ਹੈ ਇਹ ਪੈਨਕ੍ਰੀਆਸ ਦੁਆਰਾ ਛੱਡਿਆ ਜਾਣ ਵਾਲਾ ਇੱਕ ਹਾਰਮੋਨ ਹੈ ਪੈਨਕ੍ਰੀਆਸ ਦੁਆਰਾ ਛੱਡਿਆ ਜਾਣ ਵਾਲਾ ਇੱਕ ਹਾਰਮੋਨ ਹੈ ਪੈਨਕ੍ਰੀਆਸ ਨੂੰ ਪੰਜਾਬੀ ਚ ਲੱਭਾ ਕਹਿੰਦੇ ਆ ਲੱਭਾ ਲਾਸਟ ਵੀਡੀਓ ਦੇ ਵਿੱਚ ਆਈ ਥਿੰਕ ਮੈਂ ਪੈਨਕ੍ਰੀਆਸ ਦਾ ਮਤਲਬ ਪਿੱਤਾ ਦੱਸਤਾ ਸੀਗਾ ਉਹ ਮੈਂ ਥੋੜਾ ਦਾ ਗਲਤ ਦੱਸਤਾ ਸੀਗਾ ਪੈਨਕ੍ਰੀਆਸ ਦਾ ਮਤਲਬ ਲੁਬਾ ਹੁੰਦਾ ਪੰਜਾਬੀ ਦੇ ਵਿੱਚ ਮੇਰੀ ਥੋੜੀ ਪੰਜਾਬੀ ਵੀ ਕੀ ਆ ਇੰਗਲਿਸ਼ ਚ ਮੈਨੂੰ ਪਤਾ ਹੈ ਪਰ ਮੈਨੂੰ ਪੰਜਾਬੀ ਚ ਐਗਜ਼ੈਕਟ ਨਹੀਂ ਪਤਾ ਸੀਗਾ ਕਿ ਪੈਨਕ੍ਰੀਆਸ ਨੂੰ ਕੀ ਕਹਿੰਦੇ ਨੇ ਤਾਂ ਪੈਨਕ੍ਰੀਆਸ ਨੂੰ ਲੁਬਾ ਕਹਿੰਦੇ ਨੇ ਯਾਦ ਰੱਖ ਲਓ ਪੈਨਕ੍ਰੀਆਸ ਨੂੰ ਲੁਬਾ ਕਹਿੰਦੇ ਨੇ ਤੇ ਜਿਹੜਾ ਪਿੱਤਾ ਹੁੰਦਾ ਹੈ ਪਿੱਤਾ ਕਹਿੰਦੇ ਆ ਗਾਲ ਬਲੇਡਰ ਨੂੰ ਗਾਲ ਬਲੇਡਰ ਨੂੰ ਗਾਲ ਬਲੇਡਰ ਨੂੰ ਪਿੱਤਾ ਕਿਹਾ ਜਾਂਦਾ ਹੈ ਸੋ ਜਿਹੜਾ ਇਨਸੂਲਿਨ ਹਾਰਮੋਨ ਹੈ ਇਹ ਲੂਬਾ ਮਤਲਬ ਪੈਨਕ੍ਰੀਆਸ ਦੁਆਰਾ ਛੱਡਿਆ ਜਾਂਦਾ ਤੇ ਪੈਨਕ੍ਰੀਆਸ ਜਿਹੜਾ ਸਾਡਾ ਸਟਮਕ ਹੁੰਦਾ ਉਹਦੇ ਬਿਲਕੁਲ ਥੱਲੇ ਹੁੰਦੀ ਆ ਸਟਮਕ ਦੇ ਬਿਲਕੁਲ ਥੱਲੇ ਹੁੰਦੀ ਆ ਜਿਹੜੀ ਆਪਣੀ ਆ ਕੀ ਕਹਨੇ ਹੁੰਦੇ ਆ ਲੂਬਾ ਹੁੰਦਾ ਜਿਹੜਾ ਇਸ ਸਟਮਕ ਦੇ ਮੈਦੇ ਦੇ ਬਿਲਕੁਲ ਥੱਲੇ ਹੁੰਦਾ ਪੈਨਕ੍ਰੀਆਸ ਦੇ ਬਿਲਕੁਲ ਥੱਲੇ ਹੁੰਦਾ ਸੋ ਜਿਹੜਾ ਇਨਸੂਲਿਨ ਹਾਰਮੋਨ ਹੈ ਇਹ ਲੂਬਾ ਦੁਆਰਾ ਛੱਡਿਆ ਜਾਂਦਾ ਤੇ ਇਨਸੂਲਿਨ ਹਾਰਮੋਨ ਕੀ ਕਰਦਾ ਹੈ ਸਾਡੇ ਬਲੱਡ ਦੇ ਅੰਦਰ ਜਿਹੜਾ ਬਲੱਡ ਸ਼ੂਗਰ ਲੈਵਲ ਹੁੰਦਾ ਬਲੱਡ ਬਲੱਡ 슈ਗਰ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ ਤੇ ਜੇ ਸਾਡੇ 슈ਗਰ ਲੈਵਲ ਕੰਟਰੋਲ ਨਹੀਂ ਹੁੰਦੀ ਮਤਲਬ ਸਾਡਾ ਇਨਸੂਲਿਨ ਪ੍ਰੋਪਰ ਮਾਤਰਾ ਚੜੜਾ ਹੈਗਾ ਪੈਦਾ ਨਹੀਂ ਹੋ ਰਿਹਾ ਪ੍ਰੋਡਕਸ਼ਨ ਨਹੀਂ ਹੋ ਰਹੀ ਇਨਸੂਲਿਨ ਦੀ ਤੇ ਉਹਦੇ ਨਾਲ ਪਰਸਨ ਨੂੰ ਡਾਇਬੀਟਿਸ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਤੇ 슈ਗਰ ਆਪਾਂ ਨੂੰ ਪਤਾ ਕਿ ਦੇ ਅੰਦਰ ਹੁੰਦੀ ਹੈ ਕਾਰਬੋਹਾਈਡਰੇਟਸ ਦੇ ਅੰਦਰ ਹੁੰਦੀ ਆ ਤਾਂ ਇਨਸੂਲਿਨ ਕੀ ਕਰਦਾ ਹੈ ਕਾਰਬੋਹਾਈਡਰੇਟ ਦੀ ਜਿਹੜੀ ਪਾਚਨ ਕਿਰਿਆ ਹੁੰਦੀ ਆ ਉਹਨੂੰ ਨਿਯੰਤਰਿਤ ਕਰਦਾ ਹੈ ਪਾਚਨ ਕਿਰਿਆ ਕਿਹਦੀ ਨੂੰ ਕਿਹੜੀ ਪਾਚਨ ਕਿਰਿਆ ਨੂੰ ਨਿਯੰਤਰਿਤ ਕਰਦਾ ਹੈ ਕਾਰਬੋਹਾਈਡਰੇਟਸ ਦੀ ਨੈਕਸਟ ਸੰਚਾਰ ਸੰਚਾਰ ਵਿੱਚ ਖੂਨ ਦਾ ਨਾ ਸਿਰਫ ਖੂਨ ਦੀ ਕਿਸਮ ਬਲਕਿ ਇਸ ਵਿੱਚ ਵੀ ਅਨੁਕੂਲ ਹੋਣਾ ਚਾਹੀਦਾ ਹੈ ਇਹਦਾ ਮਤਲਬ ਕੀ ਹੈ ਕਿ ਸੰਚਾਰ ਦਾ ਮਤਲਬ ਹੈਗਾ ਟ੍ਰਾਂਸਫਿਊਜ਼ਨ 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 ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜਾ ਬਲੱਡ ਹੈ ਉਹ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਉਹਨੂੰ ਟ੍ਰਾਂਸਫਿਊਜ਼ਨ ਕਿਹਾ ਜਾਂਦਾ ਹੈ ਸੋ ਟ੍ਰਾਂਸਫਿਊਜ਼ਨ ਦਾ ਮਤਲਬ ਹੁੰਦਾ ਹੈ ਖੂਨ ਦਾ ਸੰਚਾਰ ਜਦੋਂ ਖੂਨ ਦਾ ਸੰਚਾਰ ਕਰਦੇ ਆ ਤਾਂ ਕੀ ਨਹੀਂ ਕੀ ਕਿਹੜੀ ਚੀਜ਼ ਦੇਖੀ ਜਾਂਦੀ ਹੈ ਉੱਥੇ ਸਿਰਫ ਖੂਨ ਦੀ ਕਿਸਮ ਨਹੀਂ ਦੇਖੀ ਜਾਂਦੀ ਉੱਥੇ ਸਿਰਫ ਖੂਨ ਦੀ ਕਿਸਮ ਨਹੀਂ ਦੇਖੀ ਜਾਂਦੀ ਅਸੀਂ ਸਿਰਫ ਆਪਾਂ ਇਹਨਾਂ ਦੇਖਦੇ ਵੀ O ਬਲੱਡ O O ਐ A ਆ AB ਆ ਠੀਕ ਹੈ ਵੀ ਕਿਹੜਾ ਬਲੱਡ ਗਰੁੱਪ ਹੈ B ਬਲੱਡ ਗਰੁੱਪ ਹੈ AB ਬਲੱਡ ਗਰੁੱਪ ਹੈ A ਬਲੱਡ ਗਰੁੱਪ ਹੈ O ਬਲੱਡ ਗਰੁੱਪ ਹੈ ਨਹੀਂ ਉਹਦੇ ਵਿੱਚ ਸਿਰਫ ਅਸੀਂ ਖੂਨ ਦੀ ਕਿਸਮ ਨਹੀਂ ਦੇਖਦੇ ਬਲਕਿ ਇੱਕ ਹੋਰ ਚੀਜ਼ ਦੇਖਦੇ ਹਾਂ ਤਾਂ ਉਹ ਕੀ ਹੁੰਦੀ ਆ ਉਹਨੂੰ ਅਸੀਂ ਬੋਲਦੇ ਆ RH ਫੈਕਟਰ RH ਫੈਕਟਰ ਤੇ ਕਈਆਂ ਦੇ ਅੰਦਰ ਇਹ ਪੋਜ਼ਿਟਿਵ ਹੁੰਦਾ ਹੈ ਆਰ ਐਚ ਫੈਕਟਰ ਤੇ ਕਈਆਂ ਦੇ ਅੰਦਰ ਨਹੀਂ ਹੁੰਦਾ ਮਤਲਬ ਨੈਗੇਟਿਵ ਹੁੰਦਾ ਜੇ ਜਿਵੇਂ ਸਪੋਜ਼ ਕਰ ਲੋ ਕਿਸਦਾ ਬਲੱਡ ਗਰੁੱਪ O ਹੈ ਤੇ ਅਗਰ ਉਹਦੇ ਅੰਦਰ ਆਰ ਐਚ ਫੈਕਟਰ ਨਹੀਂ ਹੈਗਾ ਤਾਂ ਉਹ O ਨੈਗੇਟਿਵ ਹੋਊਗਾ ਅਗਰ ਹੈਗਾ ਤਾਂ ਉਹ O ਪੋਜ਼ਿਟਿਵ ਹੋਊਗਾ ਤਾਂ O ਨੈਗੇਟਿਵ ਵਾਲਾ ਖੂਨ ਅਸੀਂ ਉਹ ਪੋਜ਼ਿਟਿਵ ਵਾਲੇ ਬੰਦੇ ਨੂੰ ਨਹੀਂ ਚੜਾ ਸਕਦੇ ਸੋ ਦੋਨਾਂ ਦਾ ਆਰ ਐਚ ਫੈਕਟਰ ਵੀ ਮੈਚ ਕਰਨਾ ਚਾਹੀਦਾ ਹੈ ਸੋ ਆਪਸ਼ਨ ਨੰਬਰ A ਹੈ ਜਿਹੜੀ ਉਹ ਬਿਲਕੁਲ கரੈਕਟ ਆਨਸਰ ਹੈ ਨੈਕਸਟ ਕੁਐਸਚਨ ਹੇਠ ਲਿਖਿਆ ਵਿੱਚੋਂ ਕਿਹੜਾ ਇਲੈਕਟ੍ਰਿਕ ਕਰੰਟ ਇਸ ਵਿੱਚੋਂ ਲੰਘਣ ਦਿੰਦਾ ਹੈ ਹੇਠ ਲਿਖਿਆ ਵਿੱਚੋਂ ਕਿਸ ਆਪਸ਼ਨ ਦੇ ਵਿੱਚੋਂ ਇਲੈਕਟ੍ਰਿਕ ਕਰੰਟ ਲੰਘ ਸਕਦਾ ਹੈ ਪਹਿਲਾ ਹੈਗਾ ਗਲਾਸ ਬਿਲਕੁਲ ਗਲਤ ਗਲਾਸ ਤੋਂ ਥੋੜੀ ਇਲੈਕਟ੍ਰਿਕ ਕਰੰਟ ਨਾ ਨਿਕਲਦਾ ਰਬੜ ਤੋਂ ਵੀ ਨਿਕਲਦਾ ਕਿਉਂਕਿ ਇਹ ਇੱਕ ਇਨਸੂਲੇਟਰ ਹੈ ਪੀਵੀਸੀ ਤੋਂ ਵੀ ਨਿਕਲ ਸਕਦਾ ਪਰ ਜਿਹੜਾ ਗ੍ਰੇਫਾਈਟ ਹੁੰਦਾ ਹੈ ਇਹ ਇੱਕ ਤਰ੍ਹਾਂ ਦਾ ਕੰਡਕਟਰ ਹੁੰਦਾ ਹੈ ਗ੍ਰੇਫਾਈਟ ਇੱਕ ਤਰ੍ਹਾਂ ਦਾ ਕੰਡਕਟਰ ਹੈ ਇਹਦੇ ਵਿੱਚੋਂ ਜਿਹੜਾ ਇਲੈਕਟ੍ਰਿਕ ਕਰੰਟ ਆ ਉਹ ਆਸਾਨੀ ਨਾਲ ਲੰਘ ਸਕਦਾ ਸੋ ਗ੍ਰੇਫਾਈਟ ਜਿਹੜਾ ਹੁੰਦਾ ਹੈ ਕਾਰਬਨ ਦਾ ਬਣਿਆ ਹੋਇਆ ਹੈ ਇਹ ਇਹ ਪਿਓਰੈਸਟ ਫਾਰਮ ਆਫ ਕਾਰਬਨ ਹੈ ਇਹ ਕਾਰਬਨ ਦਾ ਬਣਿਆ ਹੋਇਆ ਹੈ ਨੈਕਸਟ ਜਿਸ ਮੰਡਲ ਵਿੱਚ ਅਸੀਂ ਰਹਿੰਦੇ ਆ ਉਸ ਨੂੰ ਕੀ ਕਹਿੰਦੇ ਨੇ ਜਿਹੜੇ ਮੰਡਲ ਚ ਅਸੀਂ ਰਹਿੰਦੇ ਆ ਉਹਨੂੰ ਕੀ ਕਹਿੰਦੇ ਨੇ ਉਹਨੂੰ ਟ੍ਰੋਪੋਸਫੀਅਰ ਕਿਹਾ ਜਾਂਦਾ ਠੀਕ ਹੈ ਟ੍ਰੋਪੋਸਫੀਅਰ ਤੇ ਹੀ ਲਾਈਫ ਸੰਭਵ ਹੈ ਤੇ ਜਿੰਨੀਆਂ ਵੀ ਮੌਸਮੀ ਘਟਨਾਵਾਂ ਨੇ ਮੌਸਮੀ ਘਟਨਾਵਾਂ ਜਿਵੇਂ ਮੀਂਹ ਪੈਣਾ ਬੱਦਲ ਗਰਜਣਾ ਬਿਜਲੀ ਲਿਸ਼ਕਣਾ ਠੀਕ ਹੈ ਸਾਈਕਲੋਨ ਜਾਣਾ ਉਹ ਸਾਰੀਆਂ ਮੌਸਮੀ ਘਟਨਾਵਾਂ ਉਹ ਟ੍ਰੋਪੋਸਫੀਅਰ ਚ ਹੁੰਦੀਆਂ ਨੇ ਕਿਹਦੇ ਵਿੱਚ ਹੁੰਦੀਆਂ ਨੇ ਟ੍ਰੋਪੋਸਫੀਅਰ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਕਿਹਦੇ ਵਿੱਚ ਹੁੰਦੀਆਂ ਨੇ ਟ੍ਰੋਪੋਸਫੀਅਰ ਟ੍ਰੋਪੋਸਫੀਅਰ ਦੇ ਵਿੱਚ ਹੁੰਦੀਆਂ ਨੇ ਜਿੰਨੀਆਂ ਵੀ ਸਾਰੀਆਂ ਮੌਸਮੀ ਘਟਨਾਵਾਂ ਹੁੰਦੀਆਂ ਨੇ ਜੇ ਤੁਹਾਨੂੰ ਕੋਈ ਪੁੱਛ ਲਵੇ ਵੀ ਜਿਹੜੇ 에ਰੋਪਲੇਨਸ ਉੱਡਦੇ ਨੇ ਉਹ ਕਿਹੜੀ ਲੇਅਰ 'ਚ ਉੱਡਦੇ ਨੇ ਸਟੈਟੋਸਫੀਅਰ ਸਟੈਟੋਸਫੀਅਰ ਦੇ ਉੱਤੇ 에ਰੋਪਲੇਨਸ ਉੱਡਦੇ ਨੇ ਤੇ ਜਿਹੜੀ ਸਾਡੀ ਓਜ਼ੋਨ ਲੇਅਰ ਹੈ ਜਿਹੜੀ ਓਜ਼ੋਨ ਪਰਤ ਹੈ ਉਹ ਵੀ ਕਿਹਦੇ ਵਿੱਚ ਆ ਉਹ ਵੀ ਸਟੈਟੋਸ ਜਿਹੜੇ 에어로ਪਲੇਨ ਹੁੰਦੇ ਨੇ ਉਹ ਵੀ ਸਟੈਟੋਸਫੀਅਰ ਦੇ ਵਿੱਚ ਹੁੰਦੇ ਨੇ ਆਇਨੋਸਫੀਅਰ ਜਿਹੜਾ ਹੁੰਦਾ ਉਹਦੇ ਵਿੱਚ ਜਿਹੜੇ ਵੀ ਸਾਡੇ ਸੈਟਲਾਈਟ ਛੱਡੇ ਜਾਂਦੇ ਨੇ ਠੀਕ ਹੈ ਜਿਹੜੇ ਵੀ ਸਾਡੇ ਸੈਟਲਾਈਟ ਛੱਡੇ ਜਾਂਦੇ ਨੇ ਉਹ ਆਇਨੋਸਫੀਅਰ ਦੇ ਵਿੱਚ ਛੱਡੇ ਜਾਂਦੇ ਨੇ ਕਿਉਂਕਿ ਉੱਥੇ ਕੀ ਹੁੰਦਾ ਉੱਥੇ ਤੋਂ ਜਿਹੜੀਆਂ ਰੇਡੀਓ ਵੇਵਸ ਨਿਕਲਦੀਆਂ ਨੇ ਜਿਹਦੇ ਕਰਕੇ ਜਿਹੜੇ ਆਪਾਂ ਫੋਨ ਯੂਜ਼ ਕਰਦੇ ਹਾਂ ਠੀਕ ਹੈ ਜੋ ਵੀ ਅਸੀਂ ਫੋਨ ਯੂਜ਼ ਕਰਦੇ ਹਾਂ ਉਹ ਰੇਡੀਓ ਵੇਵਸ ਤੇ ਹੀ ਕੰਮ ਕਰਦੇ ਨੇ ਉਹ ਆਇਨੋਸਫੀਅਰ ਕਰਕੇ ਹੀ ਪੋਸੀਬਲ ਹੈ ਕੁਦਰਤੀ ਰੇਡੀਓ ਗਤੀਵਿਧੀ ਨੂੰ ਪਹਿਲਾਂ ਕਿਸ ਦੁਆਰਾ ਖੋਜਿਆ ਗਿਆ ਕੁਦਰਤੀ ਮਤਲਬ ਨੈਚੁਰਲ ਨੈਚੁਰਲ ਰੇਡੀਓ ਐਕਟੀਵਿਟੀ ਨੈਚੁਰਲ ਰੇਡੀਓ ਐਕਟੀਵਿਟੀ ਨੂੰ ਕਿਹਨੇ ਡਿਸਕਵਰ ਕੀਤਾ ਸੀਗਾ ਸੋ ਨੈਚੁਰਲ ਰੇਡੀਓ ਐਕਟੀਵਿਟੀ ਕਿਹਦੇ ਦੁਆਰਾ ਇਹਦੀ ਖੋਜ ਕੀਤੀ ਗਈ ਸੀਗੀ ਤਾਂ ਇਹਦੀ ਖੋਜ ਬੈਕਰਲ ਦੁਆਰਾ ਕੀਤੀ ਗਈ ਸੀ ਬੈਕਰਲ ਬੈਕਰਲ ਦੁਆਰਾ ਕੀਤੀ ਗਈ ਸੀ ਕਿਹਦੇ ਦੁਆਰਾ ਕੀਤੀ ਗਈ ਸੀ ਬੈਕਰਲ ਦੁਆਰਾ ਨੈਕਸਟ ਕੁਐਸਚਨ ਦਿਲ ਦਿਮਾਗ ਫੇਫੜੇ ਰੀੜ ਦੀ ਹੱਡੀ ਗੁਰਦੇ ਅਤੇ ਜਿਗਰ ਨੂੰ ਕੀ ਕਹਿੰਦੇ ਨੇ ਦਿਲ ਦਿਮਾਗ ਫੇਫੜੇ ਰੀੜ ਦੀ ਹੱਡੀ ਗੁਰਦੇ ਤੇ ਜਿਗਰ ਇਹਨਾਂ ਨੂੰ ਉਪੰਗ ਕਿਹਾ ਜਾਂਦਾ ਹੈ ਮਨੁੱਖੀ ਸਰੀਰ ਦੇ ਅੰਗ ਪਾਚਕ ਪ੍ਰਣਾਲੀ ਮਹੱਤਵਪੂਰਨ ਅੰਗ ਤਾਂ ਇਹਨਾਂ ਨੂੰ ਕਿਹੜੇ ਅੰਗ ਕਿਹਾ ਜਾਂਦਾ ਹੈ ਇਹਨਾਂ ਨੂੰ ਵਿਟਲ ਆਰਗਨਸ ਕਿਹਾ ਜਾਂਦਾ ਹੈ ਵਾਈਟਲ ਜਾਂ ਕਹਿ ਸਕਦੇ ਹਾਂ ਤੁਸੀਂ ਵਾਈਟਲ ਆਰਗਨਸ ਕਿਹਾ ਜਾਂਦਾ ਹੈ ਜਿਹਦਾ ਮਤਲਬ ਹੁੰਦਾ ਹੈ ਮਹੱਤਵਪੂਰਨ ਅੰਗ ਨੈਕਸਟ ਪੌਦਿਆਂ ਤੇ ਜਾਨਵਰਾਂ ਦਾ ਆਧੁਨਿਕ ਨਾਮਕਰਨ ਕਿਸ ਪ੍ਰਣਾਲੀ ਤੇ ਆਧਾਰਿਤ ਹੈ ਪੌਦਿਆਂ ਤੇ ਜਾਨਵਰਾਂ ਦਾ ਆਧੁਨਿਕ ਨਾਮਕਰਨ ਮਤਲਬ ਜਿਹੜਾ ਪੌਦਿਆਂ ਤੇ ਜਾਨਵਰ ਨੇ ਦੇਖੋ ਆਪਣੇ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਸਪੀਸੀਸ ਪਾਈਆਂ ਜਾਂਦੀਆਂ ਨੇ ਪੌਦਿਆਂ ਦੀਆਂ ਵੀ ਤੇ ਜਾਨਵਰਾਂ ਦੀਆਂ ਵੀ ਅਲੱਗ-ਅਲੱਗ ਪ੍ਰਜਾਤੀ ਦੇ ਪੌਦੇ ਤੇ ਅਲੱਗ-ਅਲੱਗ ਪ੍ਰਜਾਤੀ ਦੇ ਜਿਹੜੇ ਜਾਨਵਰ ਨੇ ਉਹ ਪਾਏ ਜਾਂਦੇ ਨੇ ਤੇ ਜਿਹੜੇ ਅਲੱਗ-ਅਲੱਗ ਪੰਛੀ ਤੇ ਜਾਨਵਰ ਤੇ ਪੌਦੇ ਨੇ ਇਹਨਾਂ ਦਾ ਇੱਕ ਨਾਮਕਰਨ ਕੀਤਾ ਗਿਆ ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਨਾਮ ਕਰਨ ਦੇ ਅਕੋਰਡਿੰਗ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਟਾਈਪਸ ਨੇ ਉਹਦੇ ਵਿੱਚ ਡਿਵਾਈਡ ਕੀਤਾ ਗਿਆ ਤੇ ਕਿਹੜੀ ਪ੍ਰਣਾਲੀ ਦੇ ਆਧਾਰਿਤ ਹੈ ਜਿਹੜੇ ਇਹਨਾਂ ਦਾ ਨਾਮਕਰਨ ਕੀਤਾ ਗਿਆ ਤਾਂ ਉਹਦਾ ਨਾਮ ਹੈਗਾ ਲੀਨੀਅਸ ਲੀਨੀਅਸ ਜਿਹੜੀ ਪ੍ਰਣਾਲੀ ਹੈ ਲੀਨੀਅਸ ਜਿਹੜਾ ਇੱਕ ਜਿਹੜਾ ਸਾਇੰਟਿਸਟ ਸੀਗਾ ਉਹਦੀ ਜਿਹੜੀ ਪ੍ਰਣਾਲੀ ਆ ਉਹਦੇ ਤੇ ਆਧਾਰਿਤ ਹੈ ਸੋ ਇਹਦਾ ਆਨਸਰ ਆ ਜਾਊਗਾ ਲੀਨੀਅਸ ਨੈਕਸਟ ਹੈਗਾ ਨਮੂਨੀਆਂ ਨਾਲ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਨਮੂਨੀਆਂ ਦੀ ਜਿਹੜੀ ਬਿਮਾਰੀ ਹੁੰਦੀ ਆ ਉਹਦੇ ਨਾਲ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਲੰਗਸ ਮਤਲਬ ਫੇਫੜੇ ਨਮੂਨੀਆਂ ਨਾਲ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਫੇਫੜੇ ਨੈਕਸਟ ਸਮਾਟੋਟ੍ਰੋਫਿਨ ਹਾਰਮੋਨ ਮੁੱਖ ਤੌਰ ਤੇ ਇਸ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਦੇਖੋ ਜਿਹੜਾ ਸਮਾਟੋਟ੍ਰੋਫਿਨ ਹੈ ਸਮਾਟੋਟ੍ਰੋਫਿਨ ਜਿਹੜਾ ਹਾਰਮੋਨ ਹੈ ਦੇਖੋ ਜਿਹੜਾ ਸਮਾਟੋਟ੍ਰੋਫਿਨ ਹਾਰਮੋਨ ਹੈ ਇਹਨੂੰ ਤੁਸੀਂ ਗ੍ਰੋਥ ਹਾਰਮੋਨ ਵੀ ਕਹਿ ਸਕਦੇ ਹੋ ਇਹ ਇੱਕ ਤਰ੍ਹਾਂ ਦਾ ਗਰੋਥ ਹਾਰਮੋਨ ਹੈ। ਸਮਾਟਰੋਟ੍ਰੋਫਿਨ ਹਾਰਮੋਨ ਨੂੰ ਗਰੋਥ ਹਾਰਮੋਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਜਿਹੜਾ ਇਹ ਗਰੋਥ ਹਾਰਮੋਨ ਹੁੰਦਾ ਹੈ ਇਹ ਸਾਡੇ ਅੰਦਰ ਇੱਕ ਗਲੈਂਡ ਹੁੰਦੀ ਹੈ ਇੱਕ ਗ੍ਰੰਥੀ ਹੁੰਦੀ ਹੈ ਪਿਟਿਊਟਰੀ ਗਲੈਂਡ। ਪਿਟਿਊਟਰੀ ਗਲੈਂਡ ਉਸ ਦੁਆਰਾ ਛੱਡਿਆ ਜਾਂਦਾ ਹੈ। ਮਤਲਬ ਜਿਹੜਾ ਇਹ ਗਰੋਥ ਹਾਰਮੋਨ ਹੈ ਇਹਨੂੰ ਸਮਾਟਰੋਟ੍ਰੋਫਿਨ ਹਾਰਮੋਨ ਵੀ ਕਹਿੰਦੇ ਆ। ਇਹ ਕਿੱਦੇ ਦੁਆਰਾ ਛੱਡਿਆ ਜਾਂਦਾ ਹੈ? ਪਿਟਿਊਟਰੀ ਗਲੈਂਡ ਦੁਆਰਾ ਛੱਡਿਆ ਜਾਂਦਾ ਹੈ। ਤੇ ਗਰੋਥ ਹਾਰਮੋਨ ਸਾਡੀ ਗਰੋਥ ਨੂੰ ਅਫੈਕਟ ਕਰਦਾ ਹੈ। ਸਾਡੀਆਂ ਹੱਡੀਆਂ ਨੂੰ ਸਾਡ ਇਫੈਕਟ ਕਰਦਾ ਸੋ ਇਹਦਾ ਜਿਹੜਾ ਆਨਸਰ ਆਊਗਾ ਉਹ অপਸ਼ਨ ਨੰਬਰ ਏ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਸੋ ਸਮਾਟਰੋਟ੍ਰੋਫᱤ ਜਿਹੜਾ ਹਾਰਮੋਨ ਹੈ ਇਹ ਸਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਜਿਹੜਾ ਹੈਗਾ ਉਹਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਤੁਸੀਂ ਦੇਖਿਆ ਹੋਣਾ ਅਗਰ ਕਿਸਦੇ ਵਿੱਚ ਗ੍ਰੋਥ ਹਾਰਮੋਨ ਘਟਾ ਹੈ ਤਾਂ ਉਹ ਬੰਦਾ ਪੋਣਾ ਹੀ ਰਹਿ ਜਾਂਦਾ ਹੈ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਹੀ ਹੁੰਦਾ ਬਹੁਤ ਜ਼ਿਆਦਾ ਲੰਬਾ ਹੁੰਦਾ ਨੈਕਸਟ ਇੱਕ ਵਿਸ਼ਵ ਵਿਆਪੀ ਖੂਨਦਾਨ ਕਰਨ ਵਾਲੇ ਖੂਨ ਦੀ ਕਿਸਮ ਹੁੰਦੀ ਹੈ ਵਿਸ਼ਵ ਵਿਆਪੀ ਦਾ ਮਤਲਬ ਕੀ ਹੁੰਦਾ ਯੂਨੀਵਰਸਲ ਡੋਨਰ ਯੋ ਅਪਾਏ ਦੱਸਣਾ ਕਿ ਯੂਨੀਵਰਸਲ ਡੋਨਰ ਕਿਨੂੰ ਕਿਹਾ ਜਾਂਦਾ ਮਤਲਬ ਕਿਹੜਾ ਖੂਨ ਹੈ ਜਿਹੜਾ ਕਿਸੇ ਨੂੰ ਵੀ ਦਿਆ ਜਾ ਸਕਦਾ ਕਿਨੂੰ ਅਸੀਂ ਯੂਨੀਵਰਸਲ ਡੋਨਰ ਕਹਿੰਦੇ ਆ ਤਾਂ ਉਹ ਹੈਗਾ ਬਲੱਡ ਗਰੁੱਪ O ਬਲੱਡ ਗਰੁੱਪ O ਨੂੰ ਯੂਨੀਵਰਸਲ ਡੋਨਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੋ ਇਹ ਸੀਗੇ ਅੱਜ ਦੇ 15 ਕੁਐਸਚਨ ਹੋਪਸ ਸੋ ਤੁਹਾਨੂੰ ਸਮਝ ਆ ਗਏ ਹੋਣਗੇ ਅਗਰ ਨਹੀਂ ਵੀ ਸਮਝ ਆਇਆ ਕਿਸੇ ਕੁਐਸਚਨ 'ਚ ਡਾਊਟ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਨੈਕਸਟ ਕਲਾਸ ਦੇ ਅੰਦਰ ਥੈਂਕ ਯੂ ਵੈਰੀ ਮੱਚ